ਸਮਾਜ ਸੇਵਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਜਿੰਦਰ ਸਿੰਘ ਕੰਗ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਆਪ ਸਭ ਨੂੰ ਪਤਾ ਹੈ ਕਿ ਸਰਪੰਚੀ ਦੀ ਇਲੈਕਸ਼ਨ ਬਿਲਕੁਲ ਸਿਖਰਾਂ 'ਤੇ ਚੱਲ ਰਹੀ ਆ। ਹਰ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੈਦੋ ਲਹਿਲ। ਇੱਥੋਂ ਦੇ ਸਰਦਾਰ ਸੁਖਵਿੰਦਰ ਸਿੰਘ ਜੋ ਮੌਜੂਦਾ ਸਰਪੰਚ ਆ, ਅਤੇ ਇਹਨਾਂ ਨਾਲ ਕਰਦੇ ਹਾਂ ਗੱਲਬਾਤ, ਕਿਉਂਕਿ ਹਰ ਪਿੰਡ ਦੇ ਵਿੱਚ ਸਰਪੰਚੀ ਦੇ ਉਮੀਦਵਾਰ ਐਲਾਨ ਦਿੱਤੇ ਆ। ਅਤੇ ਅੱਜ ਗੱਲ ਕਰਦੇ ਹਾਂ ਪਿੰਡ ਸੈਦੋ ਲਹਿਲ ਦੀ, ਵੀ ਇੱਥੇ ਅੱਜ ਕੱਲ੍ਹ ਕੀ ਪੁਜੀਸ਼ਨ ਹੈ। ਸਭ ਤੋਂ ਪਹਿਲਾਂ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਮਾਜ ਸੇਵਾ ਚੈਨਲ ਦੇ ਸਮੂਹ ਦਰਸ਼ਕਾਂ ਨੂੰ, ਮੈਂ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ, ਮੈਂ ਸੰਨ 2013 ਵਿੱਚ ਸਰਪੰਚ ਚੁਣਿਆ ਗਿਆ ਸੀ। ਤਰਸਿੱਕੇ ਬਲਾਕ ਦੇ ਵਿੱਚ ਅਸੀਂ 3 ਸਰਪੰਚ ਕਾਂਗਰਸ ਪਾਰਟੀ ਦੇ ਚੁਣੇ ਗਏ ਸਾਂ, ਜਿਨ੍ਹਾਂ ਦੇ ਵਿੱਚ ਇੱਕ ਜਗਵੀਰ ਸਿੰਘ ਲਾਲੀ ਯੋਧਾ ਨਗਰੀ ਸੀ ਅਤੇ ਇੱਧਰਲੇ ਪਿੰਡ ਸੈਦੋ ਲਹਿਲ ਤੋਂ ਮੈਂ ਜਿੱਤਿਆ ਸੀ। ਮੇਰੀ ਉਸ ਸਮੇਂ ਟੱਕਰ ਦਲਬੀਰ ਸਿੰਘ ਪ੍ਰਿੰਸ, ਜੋ ਅਕਾਲੀ ਦਲ ਦਾ ਜ਼ਿਲ੍ਹਾ ਜਨਰਲ ਸਕੱਤਰ ਸੀ, ਉਸ ਨਾਲ ਸੀ। ਉਸ ਤੋਂ ਇਲਾਵਾ ਹਰਦੀਪ ਸਿੰਘ ਵੀ ਇੱਕ ਤੀਜਾ ਕੈਂਡੀਡੇਟ ਖੜ੍ਹਾ ਸੀ, ਜਿੱਥੇ ਮੈਨੂੰ ਪਿੰਡ ਵਾਸੀਆਂ ਨੇ ਭਰਪੂਰ ਸਹਿਯੋਗ ਕੀਤਾ। ਮੈਂ ਉਹ ਇਲੈਕਸ਼ਨ ਡਾਵਾਂਡੋਲ ਸੀ, ਨਹੀਂ ਸੀ ਲੜਨੀ ਚਾਹੁੰਦਾ, ਕਿਉਂਕਿ ਮੈਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੋਣ ਕਰਕੇ। ਪਰ ਮੈਨੂੰ ਪਿੰਡ ਵਾਸੀਆਂ ਨੇ ਇੰਨਾ ਹੰਗਾਰਾ ਭਰਿਆ ਕਿ ਤੁਹਾਡੇ ਤੋਂ ਬਗੈਰ ਸਾਨੂੰ ਹੋਰ ਕਦੇ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਅਤੇ ਮੈਂ ਲੋਕਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਇਲੈਕਸ਼ਨ ਸ਼ੁਰੂ ਕੀਤੀ। ਜਦੋਂ ਇਲੈਕਸ਼ਨ ਸ਼ੁਰੂ ਕੀਤੀ ਅਤੇ ਸਾਡੇ ਹਲਕੇ ਦੇ ਅਕਾਲੀ MLA ਸਾਹਿਬ ਬਲਜੀਤ ਸਿੰਘ ਜਲਾਲ ਉਸਮਾਨ, ਉਸ ਵੱਲੋਂ ਵੀ ਮੇਰਾ ਕਾਫੀ ਵਿਰੋਧ ਕੀਤਾ ਗਿਆ, ਲੋਕਾਂ ਨੂੰ ਮੇਰੇ ਬਰਖਿਲਾਫ਼ ਵੋਟਾਂ ਪਾਉਣ ਲਈ ਕਿਹਾ ਗਿਆ। ਪਰ ਇਸ ਦੇ ਬਾਵਜੂਦ ਸੰਗਤ ਨੇ ਇੰਨਾ ਪਿਆਰ ਦਿੱਤਾ ਕਿ ਮੈਂ 731 ਵੋਟਾਂ ਲਈਆਂ। ਮੇਰੇ ਵਿਰੋਧੀ ਦਲਬੀਰ ਸਿੰਘ ਪ੍ਰਿੰਸ ਨੂੰ 442 ਵੋਟਾਂ ਮਿਲੀਆਂ, ਤੀਸਰਾ ਕੈਂਡੀਡੇਟ ਹਰਦੀਪ ਸਿੰਘ ਨੂੰ 384 ਵੋਟ ਮਿਲੇ। ਇਸ ਤਰ੍ਹਾਂ ਮੈਂ 299 ਵੋਟਾਂ ਦੀ ਲੀਡ ਲੈ ਕੇ ਪਿੰਡ 'ਚ ਸਰਪੰਚ ਚੁਣਿਆ ਗਿਆ। ਮੇਰੇ 7 ਮੈਂਬਰ ਪੰਚਾਇਤ ਬਣੇ। ਜਦੋਂ ਮੈਂ ਪਿੰਡ ਦੀ ਕਮਾਂਡ ਸੰਭਾਲੀ ਤਾਂ ਬਿਨਾਂ ਕਿਸੇ ਭੇਦਭਾਵ ਤੋਂ ਪਿੰਡ ਦਾ ਵਿਕਾਸ ਕਰਨ ਦਾ ਨਿਸ਼ਚਾ ਕੀਤਾ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮੈਂ ਦਿਨ ਰਾਤ ਇੱਕ ਕੀਤਾ। ਸਾਡਾ ਪਿੰਡ ਦੀ ਤਕਰੀਬਨ ਅੱਧੀ ਆਬਾਦੀ ਜਿਹੜੀ ਆ ਉਹ ਪਾਣੀ ਦੇ ਨਿਕਾਸ ਕਾਰਨ ਘਰ ਡੁੱਬੇ ਹੋਏ ਸਨ। ਲੋਕਾਂ ਨੇ ਬਾਜ਼ਾਰਾਂ ਦੇ ਵਿੱਚ ਨੜੂ ਅਤੇ ਸੱਪ ਫਿਰ ਰਹੇ ਸਨ। ਮੈਂ ਤਹੱਈਆ ਕਰਕੇ ਨਰੇਗਾ ਦੇ ਅਧੀਨ 2 ਲੱਖ ਰੁਪਈਆ ਸ਼ੁਰੂ 'ਚ ਮਨਜ਼ੂਰ ਕਰਵਾਇਆ, ਨਾਲ ਪੰਚਾਇਤ ਦੇ ਫੰਡ ਦੇ ਪੈਸੇ ਖਰਚ ਕੇ 4500 ਫੁੱਟ ਲੰਮੇ, 4500 ਫੁੱਟ ਲੰਮੇ ਨਿਕਾਸੀ ਨਾਲੇ ਤਿਆਰ ਕਰਾਏ ਪਾਣੀ ਦੇ ਨਿਕਾਸ ਵਾਸਤੇ, ਜਿਨ੍ਹਾਂ ਰਾਹੀਂ ਟੋਟਲ ਹੀ ਪਿੰਡ ਦਾ ਪਾਣੀ ਤਕਰੀਬਨ ਜਿਹੜਾ ਪਿੰਡ ਡੁੱਬਿਆ ਹੋਇਆ ਸੀ, ਲੋਕ ਗਰੀਬ ਘਰਾਂ ਦੇ ਘਰਾਂ ਸੱਤਾਂ ਡਿੱਗਣ ਨੂੰ ਤਿਆਰ ਹੋ ਗਈਆਂ ਸਨ, ਉਹ ਪਾਣੀ ਜਿਹੜਾ ਮੈਂ ਵੱਡੇ ਛੱਪੜ ਨਿੱਕੇ ਨੂੰ ਜੋੜ ਕੇ ਸਾਰੇ ਪਿੰਡ ਦਾ ਜਿਹੜਾ ਪਾਣੀ ਆ ਵੱਡੇ ਛੱਪੜ 'ਚ ਲੈ ਗਿਆ। ਬਸ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਅਤੇ ਨਵੇਂ ਉਮੀਦਵਾਰ ਐਲਾਨ ਦਿੱਤੇ ਆ। ਇਹ ਜਿਹੜੀ ਇਲੈਕਸ਼ਨ ਆ ਇਹ ਜ਼ਿਆਦਾ ਕਰਕੇ ਆਜ਼ਾਦ ਤੌਰ 'ਤੇ ਲੜੀ ਜਾਂਦੀ ਆ। ਉਮੀਦਵਾਰਾਂ ਨੇ ਤਕਰੀਬਨ ਸਾਡੇ ਪਿੰਡ ਵਿੱਚ ਕੋਈ 5-6 ਮਹੀਨੇ ਤੋਂ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਆ। 3 ਕੈਂਡੀਡੇਟ ਖੜ੍ਹੇ ਆ ਇੱਥੇ, ਇੱਕ ਖੁਦ ਮੈਂ ਇਲੈਕਸ਼ਨ ਲੜ ਰਿਹਾ ਜੇ ਪਿੰਡ ਜਨਰਲ ਰਿਹਾ, ਅਤੇ ਦੂਸਰਾ ਉਮੀਦਵਾਰ ਧਰਮਿੰਦਰ ਸਿੰਘ ਬਾਹੂ ਇਲੈਕਸ਼ਨ ਲੜ ਰਿਹਾ, ਤੀਸਰਾ ਹਰਦੀਪ ਸਿੰਘ ਇਲੈਕਸ਼ਨ ਲੜ ਰਿਹਾ ਜੀ। ਸਰ, ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ? ਨਹੀਂ, ਇਸ ਗੱਲੋਂ ਮੇਰੇ ਪਿੰਡ ਦੇ ਵਿੱਚ ਹਾਲੇ ਨਾ ਕੋਈ ਲਾਇਬ੍ਰੇਰੀ ਦਾ ਪ੍ਰਬੰਧ ਹੈ, ਨਾ ਕੋਈ ਪਸ਼ੂਆਂ ਦਾ ਹਸਪਿਟਲ ਹੀ ਹੈਗਾ। ਤੁਸੀਂ ਫਿਰ ਕੋਸ਼ਿਸ਼ ਨਹੀਂ ਕੀਤੀ ਸਰਪੰਚ ਜੀ ਮੌਜੂਦਾ? ਨਹੀਂ ਜੀ, ਮੈਂ ਹਮੇਸ਼ਾ ਹੀ ਆਪਣੀ ਪੰਚਾਇਤ ਦੇ ਮਤੇ ਵੀ ਪਾ ਕੇ ਦਿੱਤੇ ਹੋਏ ਆ ਡਿਸਪੈਂਸਰੀ ਬਾਰੇ, ਹਸਪਿਟਲ ਬਾਰੇ,
ਲਾਗੇ ਪਿੰਡ ਤਰਸਿੱਕੇ ਦੇ ਨਾਲ ਜੁੜਵਾ ਹੋਣ ਕਰਕੇ ਉੱਥੇ ਵੱਡਾ ਹਸਪੀਟਲ ਬਣਿਆ, ਇਸ ਕਰਕੇ ਸਾਡੀ ਮੰਗ ਨੂੰ ਕੋਈ ਖਾਸ ਹੰਗਾਰਾ ਨਹੀਂ ਮਿਲਿਆ। ਅਤੇ ਸਕੂਲ ਕਿਹੜੀ ਕਲਾਸ ਤੱਕ ਜੀ ਇੱਥੇ? ਇੱਥੇ ਜਦੋਂ ਮੈਂ ਪਹਿਲਾਂ ਸਾਡੇ ਮਿਡਲ ਸਕੂਲ ਸੀ ਅਤੇ ਅਸੀਂ ਫਿਰ ਮਿਹਨਤ ਕਰਕੇ ਉਸਨੂੰ ਹਾਈ ਸਕੂਲ ਕਰਵਾਇਆ ਜੀ। ਇਸ ਤੋਂ ਇਲਾਵਾ ਸਾਡੇ ਆਂਗਨਵਾੜੀ ਸੈਂਟਰ ਦੀ ਕੋਈ ਬਿਲਡਿੰਗ ਨਹੀਂ ਸੀ, ਉਹ ਅਸੀਂ 3.5 ਲੱਖ ਰੁਪਈਆ ਲੈ ਕੇ ਆਏ ਸੀ, ਉਹ ਬਿਲਡਿੰਗ ਤਿਆਰ ਕਰਵਾਈ ਗਈ ਹੈ ਜੀ। ਇਸ ਤੋਂ ਜਿਹੜੇ ਪਿੰਡ ਦੇ ਬਾਜ਼ਾਰ ਸੀ ਨੀਵੇਂ, ਉਹ ਵੀ ਅਸੀਂ 4 ਵੱਡੇ ਬਾਜ਼ਾਰ ਬਿਨਾਂ ਕੋਈ ਗ੍ਰਾਹੀ ਕੀਤਾ ਪੰਚਾਇਤ ਫੰਡ 'ਚੋਂ ਖਰਚ ਕਰਕੇ ਤਿਆਰ ਕਰਵਾਏ। ਡੇਰਿਆਂ ਦੇ ਉੱਤੇ ਕੋਈ 45 ਕਿੱਲੇ ਦੇ ਇੱਟ ਲਗਵਾਈ ਗਈ ਆ, ਜਿੱਥੇ 1 ਕਿੱਲੇ 'ਤੇ 60,000 ਰੁਪਈਆ ਖਰਚਾ ਆਉਂਦਾ, ਜੋ 27-28 ਲੱਖ ਰੁਪਈਆ ਬਣਦਾ। ਸਾਡੇ ਪਿੰਡ ਸ਼ਮਸ਼ਾਨ ਘਾਟ ਜਿਹੜੇ ਜਾਤ ਪਾਤ ਤੋਂ ਰਹਿਤ ਕੀਤੇ ਗਏ ਆ, ਸਾਰੇ ਸਾਂਝੇ ਸ਼ਮਸ਼ਾਨ ਘਾਟ ਚਾਲੂ ਕੀਤੇ ਗਏ ਆ, ਉਹਨਾਂ ਦੇ ਵਿੱਚ 1 ਸ਼ਮਸ਼ਾਨ ਘਾਟ ਦੇ ਵਿੱਚ ਅਸੀਂ 2,80,000 ਰੁਪਈਆ ਪੰਚਾਇਤ ਦੀ ਤਰਫੋਂ ਖਰਚ ਕੀਤਾ, ਦੂਜੇ ਸ਼ਮਸ਼ਾਨ ਘਾਟ ਦੇ ਵਿੱਚ 80,000 ਰੁਪਈਆ ਖਰਚ ਕੀਤਾ। ਇਸ ਤੋਂ ਇਲਾਵਾ ਅਸੀਂ ਪੰਚਾਇਤ ਦੀ ਬੋਲੀ ਜਿਹੜੀ ਆਮਦਨ, ਪੰਚਾਇਤ ਨੂੰ ਪਿੰਡ ਦੇ ਵਿਕਾਸ ਵਾਸਤੇ ਆਮਦਨ ਦੇ ਸਾਧਨ ਜੁਟਾਉਣੇ ਪੈਂਦੇ ਆ, ਖੁਦ ਵੀ ਕੋਈ ਸਰਕਾਰਾਂ ਗ੍ਰਾਂਟ ਦਿੰਦੀਆਂ ਅਤੇ ਕੁਝ ਸਾਨੂੰ ਖੁਦ 'ਚ ਸਾਧਨ ਪੈਦਾ ਕਰਨੇ ਪੈਂਦੇ। ਉਹ ਸਾਧਨ ਪੈਦਾ ਕਰਨ ਦੇ ਵਾਸਤੇ ਅਸੀਂ ਪਿਛਲਾ ਆਪਣਾ ਰਿਕਾਰਡ ਕੱਢ ਕੇ ਵੇਖ ਲਈਏ ਕਿ ਸਾਡੇ ਤੋਂ ਪੁਰਾਣੀ ਜਿਹੜੀ ਪੰਚਾਇਤ ਸੀ, ਉਹਨੇ 6 ਬੋਲੀਆਂ ਪੰਚਾਇਤ ਦੀਆਂ ਕਰਵਾਈਆਂ, 6 ਬੋਲੀਆਂ ਦਾ ਸਾਰਾ 3,00,000 ਰੁਪਈਆ ਸਰਕਾਰ ਦੇ ਖਾਤੇ ਜਮ੍ਹਾਂ ਹੋਇਆ। ਇੱਕ ਮੈਂ 5 ਬੋਲੀਆਂ ਮੇਰੀ ਟਰਮ 'ਚ ਹੋਈਆਂ, 5 ਬੋਲੀਆਂ ਦਾ 30 ਤੋਂ ਉੱਪਰ ਰੁਪਈਆ, ਜਿਹੜਾ 30 ਲੱਖ ਤੋਂ ਉੱਪਰ ਮਾਰਜਨ ਜਿਹੜਾ ਪੰਚਾਇਤ ਦਾ ਉੱਥੇ ਜਮ੍ਹਾਂ ਕਰਵਾਇਆ। ਆਪ ਜੀ ਨੇ ਸੋਸ਼ਲ ਮੀਡੀਆ 'ਤੇ ਦੇਖਿਆ ਹੈਗਾ ਕਿ ਅੱਜ ਕੱਲ੍ਹ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਰ ਰਹੇ ਨੇ, ਨਸ਼ੇ ਦੇ ਮੁੱਦੇ 'ਤੇ ਇਸ ਪਿੰਡ ਦੀ ਕੀ ਪੋਜੀਸ਼ਨ ਆ? ਮੇਰੇ ਪਿੰਡ ਵਿੱਚ ਕੋਈ 20 ਤੋਂ 25 ਨੌਜਵਾਨ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਨੂੰ ਪ੍ਰੇਰ ਕੇ ਮੇਰੇ ਸਤਿਕਾਰਯੋਗ ਚਾਚਾ ਜੀ ਕੈਪਟਨ ਲਖਵਿੰਦਰ ਸਿੰਘ, ਜੋ ਬਲਾਕ ਸੰਮਤੀ ਦੇ ਮੈਂਬਰ ਨੇ, ਇਸ ਤੋਂ ਇਲਾਵਾ ਸਾਡੇ ਪਿੰਡ ਦੇ ਕਾਂਗਰਸ ਪਾਰਟੀ ਵੱਲੋਂ ਹੀ ਨਵਨੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ, ਅਸੀਂ ਸਾਰਿਆਂ ਨੇ ਰਲ ਮਿਲ ਕੇ ਕੋਸ਼ਿਸ਼ ਕੀਤੀ, ਬੱਚਿਆਂ ਨੂੰ ਸਮਝਾਇਆ ਅਤੇ ਦਵਾਈ ਦਾ ਇਲਾਜ ਕੈਪਟਨ ਸਰਕਾਰ ਦੇ ਆਉਂਦਿਆਂ ਸ਼ੁਰੂ ਕਰਵਾ ਦਿੱਤਾ ਗਿਆ। ਨਸ਼ੇ ਦੀ ਜਿਹੜੀ ਆ ਪੂਰੀ ਤਰ੍ਹਾਂ ਠੱਲ 'ਤੇ ਨਹੀਂ ਪੈ ਸਕੀ, ਪਰ ਸਰਕਾਰ ਸਤਰਕ ਆ, ਜਿੱਥੇ ਪੁਲਿਸ ਨੂੰ ਜਾਣਕਾਰੀ ਮਿਲਦੀ ਆ ਬੰਦੇ ਨੂੰ ਫੜ ਕੇ ਅਰੈਸਟ ਕਰ ਰਹੀ ਆ। ਇਸ ਕਰਕੇ ਸਾਡੇ ਪਿੰਡ ਵਿੱਚ ਹੁਣ ਨਸ਼ਿਆਂ ਦਾ ਰੁਝਾਨ ਘੱਟ ਰਿਹਾ। ਕਿਸੇ ਦੀ ਮੌਤ ਵੀ ਹੋਈ ਜੀ? ਨਸ਼ੇ ਦੇ ਕਾਰਨ ਕੋਈ FIR ਨਹੀਂ ਦਰਜ ਹੋਈ ਇਸ ਸੰਬੰਧ ਵਿੱਚ ਕੋਈ ਮੌਤ ਦੀ। ਠੀਕ ਹੈ। ਸਰਪੰਚ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਐਤਕੀ ਵੀ ਤੁਸੀਂ ਇਲੈਕਸ਼ਨ ਲੜ ਰਹੇ ਹੋ, ਕਾਂਗਰਸ ਵੱਲੋਂ ਕੈਂਡੀਡੇਟ ਬਣ ਰਹੇ ਹੋ, ਅਤੇ ਅਗਲੇ ਮੁੱਦੇ ਕਿਹੜੇ ਹੋਣਗੇ ਤੁਹਾਡੇ? ਮੇਰਾ ਇਹੋ ਹੀ ਸੁਪਨਾ ਰਿਹਾ ਕਿ ਮੈਂ ਆਪਣਾ ਪਿੰਡ ਨੂੰ ਸੁੰਦਰ ਪਿੰਡ ਬਣਾ ਸਕਾਂ, ਵਧੀਆ ਵਿਕਾਸ ਕਰ ਸਕਾਂ। ਇਸ ਵਾਸਤੇ ਹੀ ਦੁਬਾਰਾ ਇਲੈਕਸ਼ਨ ਲੜ ਰਿਹਾ, ਕਿ ਜਿਹੜੇ ਮੇਰੇ ਕੋਲ ਵਿਕਾਸ ਕਾਰਜ ਪੂਰੇ ਨਹੀਂ ਕੀਤੇ ਜਾ ਸਕੇ, ਉਹ ਮੈਂ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਲੜ ਕੇ, ਜੇ ਮੈਂ ਸਰਪੰਚ ਸੰਗਤ ਨੇ ਮੈਨੂੰ ਚੁਣ ਲਿਆ, ਤੁਹਾਡੇ ਰਹਿੰਦੇ ਕੰਮ ਆ ਮੈਂ ਪੂਰਨ ਕਰ ਸਕਾਂ। ਜੋ ਮੈਂ ਪਿੱਛੇ ਕੀਤੇ ਆ ਉਹਦੀ ਮੈਂ ਤੁਹਾਨੂੰ ਡਿਟੇਲ ਹਾਲੇ ਦੇ ਰਿਹਾ ਸੀ, ਜਿੱਦਾਂ ਮੈਂ ਪੰਚਾਇਤ ਦੀ ਆਮਦਨ ਵਧਾਉਣ ਵਾਸਤੇ ਕੀ ਕੀਤਾ, ਅਸੀਂ ਨਵਾਂ ਕਨੈਕਸ਼ਨ, 2 ਨਵੀਆਂ ਮੋਟਰਾਂ, 2 ਨਵੇਂ ਬੋਰ, 2 ਨਵੇਂ ਟਰਾਂਸਫਾਰਮ ਲਵਾਏ, ਜ਼ਮੀਨ ਨੂੰ ਪੱਧਰਾ ਕਰਵਾਇਆ, ਝੋਨਾ ਜੀਰੀ ਲੱਗਣ ਦੇ ਲਾਇਕ ਕੀਤਾ ਗਿਆ, ਜਿੱਥੇ ਸਾਡਾ ਠੇਕਾ 20,000 ਰੁਪਈਆ ਕਿੱਲੇ ਦਾ, ਉੱਥੇ 40,000 ਹੋਣਾ ਸ਼ੁਰੂ ਹੋਇਆ। ਇਸ ਤੋਂ ਇਲਾਵਾ ਸਾਡੇ ਪਿੰਡ ਦੀਆਂ ਦੁਕਾਨਾਂ, ਕੋਈ ਡਿਫਾਲਟਰ ਹੋਰ 'ਚ ਦੁਕਾਨਦਾਰ ਡਿਫਾਲਟਰ ਸਨ, 5 ਦੁਕਾਨਾਂ ਸਨ ਪੰਚਾਇਤ ਦੀਆਂ ਸਾਰੀਆਂ ਕਾਫੀ ਪੁਰਾਣੀਆਂ, ਉਹਨਾਂ ਤੋਂ ਵੀ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਕਿਰਾਇਆ ਕਰਾਉਣਾ ਸ਼ੁਰੂ ਕੀਤਾ, ਜਿਹੜਾ ਅਸੀਂ ਕੋਈ 1,30,000 ਰੁਪਈਆ ਜਿਹੜਾ ਗਰਾ ਕੇ ਪੰਚਾਇਤ ਦੇ ਖਾਤੇ ਜਮ੍ਹਾਂ ਕਰਵਾਇਆ। ਇਸੇ ਤਰ੍ਹਾਂ ਅਸੀਂ ਵਿਕਾਸ ਕਾਰਜ ਜਾਰੀ ਰੱਖਣ ਵਾਸਤੇ, ਪਿੰਡ ਵਿੱਚ ਲੈਟਰਿੰਗਾਂ ਦਾ ਬਹੁਤ ਮੰਦਾ ਸੀ, ਗਰੀਬ ਘਰਾਂ 'ਚ ਲੈਟਰਿੰਗਾਂ ਨਹੀਂ ਸਨ, ਉਹ ਲੈਟਰਿੰਗਾਂ ਜਿਹੜੀਆਂ ਅਸੀਂ 107 ਲੈਟਰਿੰਗਾਂ ਦੀ ਸ਼ਨਾਖਤ ਕੀਤੀ, ਜਿਹੜੀਆਂ ਪਿੰਡ 'ਚ ਗਰੀਬ ਘਰਾਂ 'ਚ ਨਹੀਂ ਸੀ ਹੈਗੀਆਂ।
ਉਹਨਾਂ ਦੇ ਵਿੱਚੋਂ ਕੋਈ 90 ਲੈਟਰਿੰਗਾਂ ਦਾ ਕੰਮ ਚੱਲ ਰਿਹਾ, ਜਿਨ੍ਹਾਂ ਵਿੱਚੋਂ 30 ਲੈਟਰਿੰਗਾਂ ਕੰਪਲੀਟ ਕਰ ਚੁੱਕੇ ਆ ਲੋਕ ਕੋਈ ਕਰ ਰਹੇ, ਅਤੇ ਪੈਸੇ ਦੀ ਘਾਟ ਲਟਕ ਰਹੀ ਆ, ਲੋਕਾਂ ਨੂੰ ਸਮੇਂ ਸਿਰ ਪੈਸੇ ਨਹੀਂ ਮਿਲ ਰਹੇ। ਮੈਂ ਸਰਕਾਰ ਪਾਸੋਂ, ਡਿਪਟੀ ਕਮਿਸ਼ਨਰ ਪਾਸੋਂ ਇਹ ਮੰਗ ਕਰੂੰਗਾ, ਵਾਟਰ ਸਪਲਾਈ ਮਹਿਕਮੇ ਪਾਸੋਂ ਜਿਨ੍ਹਾਂ ਦੇ ਇਹ ਕੰਮ ਕਰਵਾ ਰਹੇ ਆ, ਕਿ ਜਲਦੀ ਤੋਂ ਜਲਦੀ ਜਿਨ੍ਹਾਂ ਲੋਕਾਂ ਕੰਪਲੀਟ ਕਰ ਲਈਆਂ ਜਾਂ ਜਿਨ੍ਹਾਂ ਨੇ ਕੰਮ ਕਰ ਲਿਆ ਉਹਨਾਂ ਨੂੰ ਪੈਸੇ ਪਾਏ ਜਾਣ। ਹਾਂ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਇਹ ਸੀ ਸਰਦਾਰ ਸੁਖਵਿੰਦਰ ਸਿੰਘ, ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਆ, ਅਤੇ ਇਸ ਵਾਰੀ ਵੀ ਇਹ ਕਾਂਗਰਸ ਵੱਲੋਂ ਕੈਂਡੀਡੇਟ ਨੇ ਪਿੰਡ ਸੈਦੋਲਿਆਲ ਤੋਂ, ਅਤੇ ਹੁਣ ਤੁਹਾਡੀ ਅਸੀਂ ਕਿਸੇ ਨਵੇਂ ਕੈਂਡੀਡੇਟ ਨਾਲ ਗੱਲਬਾਤ ਜਿਹੜੀ ਬਿਲਕੁਲ ਜਾਰੀ ਰੱਖਾਂਗੇ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।